स्वागत करते हैं जी एक बार फिर आप सब का अज के सैगमेंट में। मेरे नाल साथ देंगे जय इंदर पांगली जी, जिहड़े कि काउंसलर ने अते काम नाल वॉलंटरी सर्विस करते हैं जेनेसिस फैमिली एम्पावरमेंट सर्विस के नाल। अज का विषय जिस दे बारे असीं गलबात कर रहे हैं वह है मैंटल इलनेस जो दिन ब दिन वधदी जा रही है, इस दे मुख की कारण हैं ते इस विच किस तरह लोग जिहड़े ने सुचेत हो के बहुत सारिया सर्विसिज जिहड़ियां अवेलेबल ने उहदा बेनीफिट लै सकते हैं। वेलकम टू द प्रोग्राम जी। हाँ जी, सत श्री अकाल। सत श्री अकाल जी। सो तुसी काउंसलर हो जी, किन्ने सालों तो तुसी एज काउंसलर काम कर रहे हो? हाँ जी, मैनू एक्चुअली 10 साल तो ज़्यादा टाइम हो गया है। ठीक। हाँ जी। सो जयेंद्र जी, ओवर द ईयर्स 10 सालों के विच जिहड़ा असी इंसीडेंस ऑफ मेंटल इलनेस के जिहड़े केसेस ने की वो वध रहे ने या स्टेबल ने या की हो की रहे? एक्चुअली बहुत ज़्यादा प्रॉब्लम आ रही है हुण तां बच्चियां नूं भी इस चीज़ के ज़्यादा प्रॉब्लम हैगी है। जिवें मेरे कोल कई बार 4-5 साल के बच्चे आ रहे हैं, एंगजायटी बोलते हैं। हाँ जी। अच्छा। उन्होंने बिहेवियर इशूज है तो ये कई कारण है, पर डिप्रैशन जोड़ा है ये तो एक किस्म का जिमें एवरी डे लोग रोटी खाते हैं ना उस तरीके दे नाल आ भी ये छड्या नहीं जा रहा है कि ये डिप्रैशन जो तुम कहने की ये की सिमटम्स की ने, किस तरह बंदे जकड़ता है कि सिर्फ फाइनैशियल कारण करके ही इंसान जोड़ा है ज कोई होर कोई ट्रैजडी हो जाए कोई ड्रामा हो जाए उसी करके जाता है या कोई होर कारण भी हो सकता है? हाँ जी, डिप्रैशन का एक्चुअली की है जिम्मे आप उदासी का रोग है ना, यह है मेन कारण। जिम्मे आप जो वर्ड में भी डायसैक्ट करते हैं ना, डी ਡਿਪਰੈਸ਼ਨ ਜਦੋਂ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਨਾ ਕਰਦੇ ਹੈਗੇ, ਆਪਣੀਆਂ ਫੀਲਿੰਗਸ ਨਹੀਂ ਐਕਸਪ੍ਰੈਸ ਕਰਦੇ, ਚਾਹੇ ਉਹ ਕਿਸੇ ਵੀ ਕਾਰਨ ਦੇ ਕਰਕੇ ਆ, ਫਾਈਨੈਂਸ਼ੀਅਲ ਪ੍ਰੋਬਲਮ ਹੈਗੀ ਆ, ਘਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ, ਕੰਮ 'ਤੇ ਕੋਈ ਤੁਹਾਨੂੰ ਸਟ੍ਰੈਸ ਹੈਗਾ ਆ, ਜਦੋਂ ਤੁਸੀਂ ਉਹ ਆਪਣੇ ਅੰਦਰ ਹੀ ਅੰਦਰ ਰੱਖਦੇ ਹੈਗੇ ਆ ਉਦੋਂ ਡਿਪਰੈਸ਼ਨ ਹੋ ਜਾਂਦਾ ਆ। ਓਕੇ, ਠੀਕ ਹੈ ਨਾ। ਪਰ ਇੰਨੇ ਸੋਹਣੇ ਮੁਲਕ ਵਿੱਚ ਹਰ ਚੀਜ਼ ਇੱਥੇ ਅਵੇਲੇਬਲ ਹੈਗੀ, ਫਿਰ ਕਿਸ ਚੀਜ਼ ਦਾ ਡਿਪਰੈਸ਼ਨ? ਹਾਂਜੀ, ਡਿਪਰੈਸ਼ਨ ਉਹੀ ਹੈ ਨਾ ਇਹ, ਹੁਣ ਮੈਂ ਸਿਰਫ ਆਪਾਂ ਚਲੋ ਆਪਣੇ ਕਮਿਊਨਿਟੀ ਦੇ ਬੇਸ 'ਤੇ ਗੱਲ ਕਰਦੇ ਹਾਂ ਜੀ। ਇਹ ਜਿਹੜੀ ਭੱਜ ਦੌੜ ਹੈਗੀ ਆ, ਜੇ ਕਿਸੇ ਹੋਰ ਦਾ ਵੱਡਾ ਘਰ ਆ ਤਾਂ ਸਾਨੂੰ ਵੀ ਉਹਦੇ ਬਰਾਬਰ ਦਾ ਚਾਹੀਦਾ ਆ, ਚਾਹੇ ਤੁਸੀਂ ਕਿੰਨੇ ਮਰਜ਼ੀ ਔਖੇ ਹੋ ਕੇ ਕਰਦੇ ਆ ਹੈ ਨਾ, ਅਤੇ ਉਹ ਪ੍ਰੈਸ਼ਰ ਜਿਹੜਾ ਆ ਉਹ ਵੱਧਦਾ ਜਾਂਦਾ ਆ। ਅਤੇ ਮੈਜੋਰਿਟੀ ਦੇ ਵਿੱਚ ਮੇਰੇ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ, ਜਿਵੇਂ ਕੋਈ ਜੇ ਆਪਾਂ ਇੰਡੀਆ ਤੋਂ ਆਉਂਦੇ ਹਾਂ ਹੈ ਨਾ, ਇੰਡੀਆ ਤੁਹਾਡੇ ਕੋਲ ਚੰਗਾ ਕੋਈ ਪ੍ਰੋਫੈਸ਼ਨ ਹੈਗਾ ਆ, ਉੱਥੇ ਤੁਹਾਡੀ ਜੋਬ ਉੱਦਾਂ ਦੀ ਹੈਗੀ ਸੀਗੀ ਹੈ ਨਾ, ਉਹ ਤੁਹਾਡਾ ਜਿਹੜਾ ਸੋਸਾਇਟੀ ਦੇ ਵਿੱਚ ਸਟੇਟਸ ਸੀਗਾ ਉਹ ਉੱਚਾ ਸੀਗਾ ਹੈ ਨਾ, ਅਤੇ ਇੱਥੇ ਆ ਕੇ ਕਈ ਵਾਰੀ ਲੈਂਗੁਏਜ ਦੀ ਪ੍ਰੋਬਲਮ ਆ ਜਾਂਦੀ ਹੈ। ਲੈਂਗੁਏਜ ਪ੍ਰੋਬਲਮ ਕਰਕੇ ਤੁਹਾਨੂੰ ਜਿਹੜੀ ਵੀ ਜੋਬ ਮਿਲਦੀ ਹੈ ਤੁਸੀਂ ਉਹ ਐਕਸੈਪਟ ਕਰਦੇ ਹਾਂ, ਉਹ ਆਪਣੀਆਂ ਕੁਆਲੀਫਿਕੇਸ਼ਨ ਦੇ ਬੇਸ 'ਤੇ ਨਹੀਂ, ਸਿਰਫ ਬਿਕਾਜ਼ ਤੁਹਾਨੂੰ ਜ਼ਰੂਰਤ ਆ ਉਸ ਕੰਮ ਦੀ ਹੈ ਨਾ, ਆਪਣੀ ਫੈਮਿਲੀ ਨੂੰ ਸਪੋਰਟ ਕਰਨਾ, ਫਿਰ ਪ੍ਰੈਸ਼ਰ ਆ ਗਾ ਆਪਣੀ ਫੈਮਿਲੀ ਨੂੰ ਇੰਡੀਆ ਤੋਂ ਵੀ ਬੁਲਾਉਣਾ ਆ ਹੈ ਨਾ, ਇਟ ਡਜ਼ਨਟ ਮੈਟਰ ਵੀ ਇਕੱਲੇ ਤੁਸੀਂ ਆਪ ਇੱਥੇ ਹੈਗੇ ਹਾਂ। ਸੋ ਉਹਦੇ ਕਰਕੇ ਉਹ ਪ੍ਰੈਸ਼ਰ ਜਿਹੜਾ ਬਿਲਡ ਹੁੰਦਾ ਅਤੇ ਉਹ ਬੰਦਾ ਸੋਚੀ ਜਾਂਦਾ ਆ ਵੀ ਮੈਂ ਕਿੱਥੇ ਸੀ ਅਤੇ ਕਿੱਥੇ ਹੈਗਾ ਹੈ ਨਾ। ਅਤੇ ਕਈ ਵਾਰੀ ਤਾਂ ਇਹੀ ਹੈਗਾ ਵੀ ਕਾਫੀ ਪੜ੍ਹੇ ਲਿਖੇ ਇੰਡੀਆ ਤੋਂ ਮਾਸਟਰਸ PhD ਵੀ ਕੀਤੀ ਹੁੰਦੀ ਆ, ਪਰ ਉਹਨਾਂ ਕੋਲ ਰਾਈਟ ਗਾਈਡੈਂਸ ਨਹੀਂ ਹੁੰਦੀ ਹੈਗੀ, ਅਤੇ ਉਹਦੇ ਕਰਕੇ ਫੈਮਿਲੀ ਦੇ ਵਿੱਚ ਪ੍ਰੋਬਲਮ ਆਉਂਦੀ ਆ ਹੈ ਨਾ। ਫੋਰ ਐਗਜ਼ਾਮਪਲ ਕੋਈ ਕਪਲ ਹੈ ਇੰਡੀਆ ਦੇ ਵਿੱਚ ਆ, ਦੋਨੋਂ ਉਹ ਪ੍ਰੋਫੈਸਰ ਆ ਟੀਚਰ ਆ ਹੈ ਨਾ, ਪਰ ਹੁਣ ਇੱਥੇ ਇੱਕ ਜਣਾ ਘਰ ਬੱਚਿਆਂ ਨੂੰ ਸਾਂਭ ਰਿਹਾ, ਦੂਸਰਾ ਬਾਹਰ ਕੰਮ ਕਰ ਰਿਹਾ, ਅਤੇ ਉਹ ਐਕਸਪੈਕਟ ਸੇਮ ਉਹੀ ਕਰ ਰਹੇ ਆ, ਸਾਨੂੰ ਰਿਸਪੈਕਟ ਵੀ ਉੱਦਾਂ ਦੀ ਮਿਲੇ ਅਤੇ ਉਹ ਜਿਹੜਾ ਸਟੈਟਸ ਸੀਗਾ ਉਹ ਵੀ ਉੱਦਾਂ ਦਾ ਹੋਵੇ ਹੈ ਨਾ, ਪਰ ਉਹ ਇਹ ਦਿਮਾਗ ਦੇ ਵਿੱਚੋਂ ਨਿਕਲ ਜਾਂਦਾ ਆ ਵੀ ਅਸੀਂ ਹੁਣ ਦੂਸਰੀ ਜਗ੍ਹਾ 'ਤੇ ਆ ਨਾ, ਇਨਵਾਇਰਮੈਂਟ ਚੇਂਜ ਹੋ ਗਿਆ ਆ। ਬਾਕੀ ਸਭ ਤੋਂ ਵੱਡੀ ਜਿਹੜੀ ਹੈਗੀ ਆ, ਮੈਂ ਦੇਖਿਆ ਵੀ ਆਪਣੇ ਜੁਆਇੰਟ ਫੈਮਿਲੀ ਸਿਸਟਮ ਜਿਹੜਾ ਲੂਜ਼ ਹੋ ਰਿਹਾ, ਠੀਕ ਹੈ, ਕਿਉਂਕਿ ਜਿਹੜੀ ਐਕਸਟੈਂਡਡ ਫੈਮਿਲੀ ਦੀ ਜਿਹੜੀ ਸਪੋਰਟ ਸੀਗੀ ਹੈ ਨਾ, ਉਹ ਖਤਮ ਹੋ ਰਹੀ ਆ ਹੈ ਨਾ, ਅਤੇ ਜੇ ਹੈ ਤਾਂ ਉਹ ਪ੍ਰੋਬਲਮਸ ਆ ਰਹੀਆਂ ਨੇ ਐਕਸਟੈਂਡਡ ਫੈਮਿਲੀ ਦੇ ਨਾ, ਮੋਸਟਲੀ ਇਸ਼ੂਜ਼ ਜਿਹੜੇ ਆ ਰਹੇ ਨੇ ਐਕਸਟੈਂਡਡ ਫੈਮਿਲੀ ਦੇ, ਪਰ ਉਹ ਜਿਹੜੀ ਸਪੋਰਟ ਸੀਗੀ, ਫੋਰ ਐਗਜ਼ਾਮਪਲ ਜੇ ਬੱਚਿਆਂ ਨੂੰ ਸਾਂਭਣਾ ਆ, ਕਿੱਥੇ ਤਾਂ ਗ੍ਰੈਂਡ ਪੇਰੈਂਟਸ ਨੇ ਸਾਂਭ ਲੈਣਾ ਆ, ਘਰ ਦੇ ਵਿੱਚ ਭੂਆ ਆ ਹੈ ਨਾ, ਚਾਚੀਆਂ ਤਾਈਆਂ ਆ, ਇੰਡੀਆ ਦੇ ਵਿੱਚ ਤਾਂ ਇੱਦਾਂ ਹੀ ਬੱਚੇ ਪਲ ਜਾਂਦੇ, ਪਰ ਇੱਥੇ ਤਾਂ ਹਰੇਕ ਕੋਈ ਜਾਣਦਾ ਹੈ ਕਿ ਮੈਂ ਜਾ ਕੇ ਕੰਮ ਕਰਾਂ ਅਤੇ ਮੈਂ ਵੀ ਕੁਝ ਡਾਲੇ ਜਿਹੜੇ ਡਾਲੇ ਕਮਾ ਲਿਆਵਾਂ, ਉਹਦੇ ਕਰਕੇ ਫਿਰ ਇੱਕ ਉਹ ਜਿਹੜਾ ਟ੍ਰੈਂਡ ਹੈਗਾ ਇਹ ਸਾਡਾ ਬੜਾ ਸਟਰੋਂਗ ਸਿਸਟਮ ਸੀ ਉਹ ਖਤਮ ਹੁੰਦਾ ਜਾ ਰਿਹਾ। ਹਾਂਜੀ। ਸੋ ਜਦੋਂ ਡਿਪਰੈਸ਼ਨ ਦੇ ਵਿੱਚ ਤੁਸੀਂ ਡੀਪ ਜਿਵੇਂ ਸੋਚੀ ਜਾਂਦੇ ਹੈਗੇ ਹੈ ਨਾ, ਕਿਸੇ ਨਾਲ ਆਪਣੀ ਗੱਲਬਾਤ ਸ਼ੇਅਰ ਨਹੀਂ ਕਰਦੇ ਵੀ ਮੈਨੂੰ ਕੀ ਪ੍ਰੋਬਲਮ ਹੈਗੀ ਆ ਹੈ ਨਾ, ਕਿਉਂਕਿ ਵੀ ਕਿਸੇ ਦੇ ਕੋਲ ਟਾਈਮ ਹੈ ਨਹੀਂ, ਇਹ ਮਿਥ ਬਣਾਈ ਹੋਈ ਆ ਵੀ ਕਿਸੇ ਕੋਲ ਟਾਈਮ ਹੈ ਨਹੀਂਗਾ ਸਾਡੀ ਗੱਲ ਸੁਣਨ। ਹਾਂ, ਇਹਦੇ ਵਿੱਚ ਸੱਚਾਈ ਵੀ ਹੈਗੀ ਆ, ਪਰ ਜਿਹੜੀਆਂ ਏਜੰਸੀਜ਼ ਬਣੀਆਂ ਆ ਹੈ ਨਾ ਉਹ ਕਾਉਂਸਲਿੰਗ ਦੇ ਵਿੱਚ ਵਾਸਤੇ ਉਹ ਤਾਂ ਹੀ ਹੈਗੀਆਂ ਆ, ਕਿਉਂਕਿ ਇਹ ਪ੍ਰੋਬਲਮ ਨੂੰ ਟੈਕਲ ਕਰਨ ਵਾਸਤੇ ਹੈ ਨਾ। ਸੋ ਜੇ ਕਿਸੇ ਨੂੰ ਡਿਪਰੈਸ਼ਨ ਆ, ਉਹਦੇ ਸਿਮਟਮਸ ਜਾਂ ਸਾਈਨਸ ਕੀ ਹੈਗੇ ਆ, ਤੁਸੀਂ ਤੁਹਾਡੀ ਤੁਹਾਨੂੰ ਭੁੱਖ ਘੱਟ ਲੱਗਦੀ ਆ ਜੀ, ਤੁਹਾਨੂੰ ਨੀਂਦ ਨਹੀਂ ਆਉਂਦੀ ਹੈਗੀ ਹੈ ਨਾ, ਤੁਹਾਡਾ ਮਨ ਉਦਾਸ ਰਹਿੰਦਾ, ਕਿਸੇ ਚੀਜ਼ ਦੇ ਵਿੱਚ ਤੁਹਾਡਾ ਦਿਲ ਨਹੀਂ ਲੱਗਦਾ ਹੈਗਾ, ਤੁਸੀਂ ਧੱਕੇ ਨਾਲ ਜਾਈ ਜਾ ਰਹੇ ਹਾਂ ਕਰੀ ਜਾ ਰਹੇ ਹਾਂ, ਪਰ ਉਹ ਇੱਕ ਪੁਆਇੰਟ ਆਉਂਦਾ ਆ ਜਦੋਂ ਬੰਦਾ ਫਿਰ ਸੁਇਸਾਈਡ ਤੱਕ ਪਹੁੰਚ ਜਾਂਦਾ। ਸੋ ਮੇਰੇ ਕੋਲ ਕਿੰਨੇ ਜਿਵੇਂ ਹਸਪੀਟਲ 'ਚ ਮੈਂ ਕੰਮ ਕਰਦੀ ਹਾਂ, ਉੱਥੇ ਜਿਹੜੇ ਪੇਸ਼ੈਂਟ ਆਉਂਦੇ ਆ ਨਾ ਜੀ, ਉਹ ਸੁਇਸਾਈਡਲ ਹੁੰਦੇ ਆ,
ਜਾਂ ਤਾਂ ਫਿਰ ਫੈਮਿਲੀ ਹਾਂਜੀ ਲਾਸਟ ਰਿਜ਼ੋਰਟ ਫਿਰ ਉੱਥੇ ਉਹਨਾਂ ਨੂੰ ਫਿਰ ਐਕਚੁਅਲੀ ਸਾਈਕ ਵਾਰਡ ਦੇ ਵਿੱਚ ਰੱਖਣਾ ਪੈਂਦਾ ਹੈ ਨਾ ਪਰ ਉਹ ਚੀਜ਼ ਬਹੁਤ ਅੱਗੇ ਵੱਧ ਜਾਂਦੀ ਹੈ ਨਾ ਬਾਕੀ ਆਪਣੇ ਘਰਾਂ ਦੇ ਵਿੱਚ ਹੁੰਦਾ ਆ ਜੇ ਕੋਈ ਬੰਦਾ ਕਹਿ ਵੀ ਦਿੰਦਾ ਨਾ ਵੀ ਮੇਰਾ ਦਿਲ ਮਨ ਉਦਾਸ ਆ ਤਾਂ ਕਹਿੰਦੇ ਲੈ ਠੀਕ ਹੋ ਜਾਣਾ ਹੈ ਨਾ ਜਦਕਿ ਇਹ ਪੁੱਛਣਾ ਚਾਹੀਦਾ ਵੀ ਗੱਲ ਕੀ ਹੈਗੀ ਤਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਕੋਲ ਜਾਓ ਤੁਸੀਂ ਉਹਨਾਂ ਯੂ ਨੋ ਵੀ ਉਹਨਾਂ ਨੂੰ ਦੱਸੋ ਵੀ ਮੈਨੂੰ ਇਹ ਪ੍ਰੋਬਲਮ ਹੈਗੀ ਆ ਹੈ ਨਾ ਹਾਂਜੀ ਅਤੇ ਬਾਕੀ ਇਹਦੇ ਵਿੱਚ ਉਹੀ ਵੀ ਤੁਹਾਡਾ ਦਿਲ ਉਦਾਸ ਹੈ ਤੁਹਾਡਾ ਕਿਸੇ ਨਾਲ ਜਿਵੇਂ ਜਾਂ ਸਭ ਤੋਂ ਜ਼ਿਆਦਾ ਫੈਮਿਲੀਜ਼ ਨੂੰ ਜਾਂ ਲਵਡ ਵਨਸ ਨੂੰ ਇਹੀ ਅਟੈਨਸ਼ਨ ਦੇਣ ਦੀ ਲੋੜ ਆ ਕੋਈ ਬੰਦਾ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਸਾਂਝੀ ਕਰ ਰਿਹਾ ਜਾਂ ਜਿਵੇਂ ਓਪਰਾ ਓਪਰਾ ਜਿਹਾ ਬਿਹੇਵੀਅਰ ਆ ਹੈ ਨਾ ਅਤੇ ਬੱਚਿਆਂ ਦੇ ਵਿੱਚ ਆ ਮੇਨਲੀ ਬੱਚੇ ਆਪਣੇ ਆਪ ਨੂੰ ਸ਼ਟ ਡਾਊਨ ਕਰਦੇ ਆ ਰੂਮ 'ਚੋਂ ਬਾਹਰ ਨਹੀਂ ਨਿਕਲਣਾ ਜਾਂ ਉਹਨਾਂ ਨੇ ਕੰਪਿਊਟਰ 'ਤੇ ਬੈਠੇ ਰਹਿਣਾ ਆ ਹੈ ਨਾ ਅਤੇ ਅੱਜ ਕੱਲ੍ਹ ਤਾਂ ਜ਼ਿਆਦਾ ਹੈਗਾ ਉਹ ਫੇਸਬੁੱਕ ਟਵਿੱਟਰ 'ਤੇ ਉਹ ਆਪਣੀਆਂ ਐਕਚੁਅਲੀ ਫੀਲਿੰਗਸ ਐਕਸਪ੍ਰੈਸ ਕਰ ਰਹੇ ਆ ਕਰਨਾ ਚਾਹੁੰਦੇ ਨੇ ਉਸ ਹਾਂਜੀ ਕਿਉਂਕਿ ਵੱਡਿਆਂ ਕੋਲ ਟਾਈਮ ਨਹੀਂ ਹੈਗਾ ਜਾਂ ਉਹ ਮਸਰੂਫ ਨੇ ਆਪਣੀਆਂ ਚੀਜ਼ਾਂ ਦੇ ਵਿੱਚ ਜਾਂ ਬੱਚਿਆਂ ਨੂੰ ਲੱਗਦਾ ਵੀ ਸਾਨੂੰ ਸੁਣਦੇ ਸਾਡੀ ਗੱਲ ਨਹੀਂ ਸੁਣਦੇ ਹੁਣ ਜੇ ਬੱਚਾ ਘਰ ਆ ਕੇ ਕਹੇ ਵੀ ਮੇਰਾ ਮਨ ਉਦਾਸ ਆ ਤੇ ਆਪਾਂ ਕੀ ਕਹੋਗੇ ਯਾ ਬਈ ਤੈਨੂੰ ਕੀ ਪ੍ਰੋਬਲਮ ਹੈ ਬਿਲਕੁਲ ਤੈਨੂੰ ਕੀ ਇਸ਼ੂ ਹੈਗਾ ਹਾਂਜੀ ਤੈਨੂੰ ਕੀ ਇਸ਼ੂ ਹੈਗਾ ਬੱਚਿਆਂ ਦੀਆਂ ਆਪਣੀਆਂ ਸਕੂਲ ਦੇ ਵਿੱਚ ਫਿਰ ਉਹੀ ਉਹਨਾਂ ਨੂੰ ਬਿਹੇਵੀਅਰ ਇਸ਼ੂਸ ਆ ਨਾ ਰਾਈਟ ਜਾਂ ਹੁੰਦਾ ਹੈ ਘਰਾਂ ਦੇ ਵਿੱਚ ਵਾਇਲੈਂਸ ਰਾਈਟ ਮੋਸਟਲੀ ਜਿਹੜੀਆਂ ਲੇਡੀਜ਼ ਆਉਂਦੀਆਂ ਆ ਜੀ ਉਹ ਡਿਪਰੈਸ਼ਨ ਉਹਨਾਂ ਨੂੰ ਬਿਕਾਜ਼ ਉਹ ਆਪਣੀ ਉਹ ਗੱਲ ਨਹੀਂ ਕਿਸੇ ਨੂੰ ਦੱਸ ਸਕਦੀਆਂ ਜਾਂ ਉਹਨਾਂ ਨੂੰ ਲੱਗਦਾ ਵੀ ਸਾਡਾ ਕੋਈ ਸੁਣ ਨਹੀਂ ਸਕਦਾ ਹੈ ਨਾ ਅਤੇ ਉਹ ਡਿਪਰੈਸ਼ਨ ਦੇ ਵਿੱਚ ਸੋ ਹੁੰਦਾ ਤਾਂ ਐਕਚੁਅਲੀ ਇਸ਼ੂ ਕੁਛ ਹੋਰ ਆ ਪਰ ਉਹ ਡਿਪਰੈਸ਼ਨ ਦੀ ਦਵਾਈ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਹੈ ਨਾ ਸੋ ਉਹ ਇਸ਼ੂ ਜਦ ਤੱਕ ਖਤਮ ਨਹੀਂ ਹੁੰਦਾ ਜਾਂ ਉਹ ਹੈਂਡਲ ਨਹੀਂ ਕਰਦੇ ਜਾਂ ਐਡਰੈਸ ਨਹੀਂ ਕਰਦੇ ਉਹ ਡਿਪਰੈਸ਼ਨ ਨੇ ਨਹੀਂ ਜਾਣਾ ਹੈਗਾ ਕਿਸੇ ਪਾਸੇ ਹੈ ਨਾ ਸੋ ਜੈਨਜੀ ਜੀ ਜੋ ਤੁਸੀਂ ਹੁਣ ਤੱਕ ਗੱਲ ਕੀਤੀ ਉਸ ਵਿੱਚ ਮੁੱਖ ਤੌਰ 'ਤੇ ਐਮਫੋਸਿਸ ਜਿਹੜਾ ਤੁਸੀਂ ਲੇ ਕੀਤਾ ਕਮਿਊਨੀਕੇਸ਼ਨ ਦਾ ਕਿ ਤੁਸੀਂ ਜੋ ਵੀ ਹੈਗਾ ਉਹਨੂੰ ਕਲੀਅਰ ਕਰੋ ਹਾਂਜੀ ਜਿਹੜਾ ਵੀ ਤੁਹਾਡੇ ਆਪਣੇ ਸਫੇਅਰ ਆਫ ਇਨਫਲੂਐਂਸ ਦੇ ਵਿੱਚ ਹੈਗਾ ਉਹਦੇ ਨਾਲ ਬੱਚੇ ਮਾਂ ਪਿਓ ਨਾਲ ਗੱਲ ਕਰਨ ਮਾਂ ਪਿਓ ਦੇ ਆਪਣੇ ਜੇ ਕੇਸਿਸ ਨੇ ਆਪਸ 'ਚ ਜਾਂ ਹੋਰ ਜਿਹੜੇ ਸਾਖ ਸੰਬੰਧੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਹਾਂਜੀ ਓਕੇ ਹੁਣ ਇਹ ਤਾਂ ਇੱਕ ਰੈਜ਼ੋਲੂਸ਼ਨ ਜਿਹੜਾ ਹੈਗਾ ਲੇਕਿਨ ਅਗੇਨ ਕਿਉਂਕਿ ਅੱਜ ਫਾਸਟ ਪੇਸ ਲਾਈਫ ਵਿੱਚ ਜਿਹਦੇ ਸਮਾਂ ਨਹੀਂ ਹੈਗਾ ਹੁਣ ਇੱਥੇ ਕਾਉਂਸਲਰਸ ਤੁਹਾਡੇ ਵਰਗੇ ਜਿਹੜੇ ਨੇ ਉਹ ਕੀ ਰੋਲ ਇਹਦੇ ਵਿੱਚ ਪਲੇ ਕਰ ਸਕਦੇ ਹਾਂਜੀ ਉਹਦੇ ਵਿੱਚ ਰੋਲ ਇਹ ਹੈਗਾ ਜਦੋਂ ਸਾਡੇ ਕੋਲ ਕਲਾਇੰਟ ਆਉਂਦਾ ਹੈਗਾ ਆ ਸਭ ਤੋਂ ਕਾਉਂਸਲਿੰਗ ਦੇ ਵਿੱਚ ਐਕਚੁਅਲੀ ਮੇਰੇ ਐਕਸਪੀਰੀਅੰਸ ਦੇ ਵਿੱਚ ਮੋਰ ਦੈਨ ਐਜੂਕੇਸ਼ਨ ਜਾਂ ਕੋਈ ਕਾਉਂਸਲਿੰਗ ਥਿਊਰੀ ਦੇ ਵਿੱਚ ਜਿਹੜੀ ਬੈਸਟ ਥਿੰਗ ਆ ਜਿਹੜੀ ਉਹ ਕਾਉਂਸਲਰ ਤੇ ਕਲਾਇੰਟ ਦਾ ਰਿਲੇਸ਼ਨਸ਼ਿਪ ਠੀਕ ਹੈ ਤੇ ਉਹ ਤੁਸੀਂ ਜੈਨੂਇਨਲੀ